हाँ जी, एनी सब्जेक्ट यू वांट टू टॉक अबाउट, एनी सब्जेक्ट यू लेट अस स्टार्ट विद धन गुरु नानक 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 मुबारक थोड़े मुंह थोड़ी जी मुबारक पर समझा की है गुरु नानक ने हर एक दा कंसेप्शन कल्पना गुरु नानक दी अलग अलग है कोई तिया देने वाला कोई पुत्र देने वाला कोई बीमारियां हटाने वाला रब नूं समझाया कोई किसी ने कुछ समझाया किसी ने कुछ समझाया होया इस तरह दी बाणी नूं किसी ने कुछ समझाया आपो अपनी हर एक इंसान की रंगत अंतिशकरण दे विच रंगत चुली आउंदी है ओ रंगत असीं गुरु ते भी पा दिंदे ओ चादर अपने मन दी रब ते भी पा दिंदे रिलीजन भी साडी अलग-अलग है इक घर दे विच चार पंज मैंबर है सारे कहिंदे असीं सिख हां मगर उहनां दी सिखी अड्ड ते ओ तेरा हसबेंड कुछ होर सिखी है तेरे पुत्रां दी होर है धीआं दी होर है सारें दी अड्ड तेरी होर है सारे अड्ड रिलीजन है ते फिर इसे करके क्यों क्योंकि अस बाहर मुखी सेंटर वाल नहीं झाकते बाहर मुखी है ये तो साडी हाथियां वाली गल है सुनी होगी अन्ने गए हाथी देखना ते उन्होंने दिसदा तो है नहीं हाथी की होएगा ਕਿਸੇ ਪੂਛ ਨੂੰ ਹੱਥ ਪੈ ਗਿਆ ਕਿਸੇ ਤੇ ਉਹ ਕਹਿੰਦਾ ਆਹ ਇਹ ਤਾਂ ਲੱਜ ਹੈ ਕਿਸੇ ਸੁਣ ਨੂੰ ਆ ਕੇ ਤੇ ਬਹੁਤ ਮੋਟੀ ਲੱਜ ਹੈ ਕਿਸੇ ਲੱਤ ਨੂੰ ਹੱਥ ਪੈ ਗਿਆ ਉਹਨੂੰ ਟੋਹ ਕੇ ਕਹਿੰਦਾ ਜੀ ਇਹ ਤਾਂ ਖੰਭਾ ਜੇ ਢਿੱਡ ਨੂੰ ਹੱਥ ਪਏ ਤਾਂ ਕੰਧ ਹੈ ਕਿਸੇ ਹੱਥ ਪੈ ਗਿਆ ਕੰਨਾਂ ਨੂੰ ਵੱਡੇ ਵੱਡੇ ਇਹ ਤਾਂ ਛੱਜ ਹੈ ਬਸ ਆਪਸ ਹੀ ਲੜਦਾ ਤੂੰ ਖਰਾਬਾ ਕੌਣ ਖਰਾਬਾ ਉਹ ਕਹਿੰਦਾ ਮੈਂ ਸੱਚਾ ਉਹ ਕਹਿੰਦਾ ਹਾਂ ਸੱਚੇ ਵੀ ਸੀਗੇ ਕਿਉਂਕਿ ਉਹਨਾਂ ਦੀ ਪਰਸੈਪਸ਼ਨ ਇਹੀ ਜੀ ਸੀ ਉਦੋਂ ਕਹਾਂ ਜਾ ਨਹੀਂ ਸਕਦੇ ਜੇ ਆ ਵੀ ਹੁਣ ਸਮਝਦਾ ਸੀ ਹਾਏ ਮੇਰੇ ਤੇ ਕਿਤੇ ਆਹ ਦੇਖੋ ਇਹਦੀ ਕਹਾਣੀ ਬੜੀ ਸੋਹਣੀ ਹੈ ਤਿੰਨ ਕੁ ਸਾਲ ਹੋਇਆ ਇੱਥੇ ਆਇਆ ਸਿਆਲ ਵਿੱਚ ਪਿਆ ਤੇ ਜਦੋਂ ਸਾਡਾ ਇੱਕ ਬਿਹਾਰੀ ਹਿੰਦੂ ਇੱਥੇ ਆ ਕੇ ਕਿਸੇ ਸਿੱਖ ਦੇ ਘਰ ਕੰਮ ਕਰਨ ਲੱਗ ਪਿਆ ਖੇਤੀ ਦਾ ਤੇ ਉਹ ਪ੍ਰਭਾਵਿਤ ਹੋ ਕੇ ਉਹ ਸਿੱਖ ਬਣ ਗਿਆ ਅਮਰ ਛਕ ਲਿਆ ਤੇ ਉਹ ਸੰਗਤ ਚ ਆਉਂਦਾ ਹੁੰਦਾ ਸੀਗਾ ਤੇ ਉਹ ਸੰਗਤ ਚ ਆਉਂਦਾ ਕਰਕੇ ਉਸਨੂੰ ਗੁਰਸਿੱਖ ਦੀ ਪਿਆਰ ਸੀਗਾ ਤੇ ਉਹ ਕਿਤੇ ਜਦੋਂ ਕਮਰੇ ਚ ਆਇਆ ਕਰੇ ਦੇਖੋ ਜੀ ਉਹਨੂੰ ਸਿੱਖੀ ਦਾ ਪੰਜਾਬੀ ਨੀ ਜਾਣਦਾ ਕੁਛ ਨੀ ਜਾਣਦਾ ਮਗਰ ਉਹ ਤੇ ਸਿੱਖੀ ਪ੍ਰਭਾਵ ਪਿਆ ਹੋਇਆ ਤੇ ਜਦੋਂ ਉਹ ਆਇਆ ਕੋਈ ਐਸੀਆਂ ਗੱਲਾਂ ਉਹ ਤੁਸੀਂ ਹੈਰਾਨ ਹੋ ਗਏ ਸਾਡੇ ਕਹਿੰਦੀ ਤੈਨੂੰ ਉਹ ਭੇਤ ਵਾਲੀ ਗੱਲ ਨੀ ਆਉਂਦੀ ਜਿੰਨੀ ਉਹਨੂੰ ਆਉਂਦੀ ਹੈ ਔਰ ਜ਼ਬਾਨ ਵੀ ਉਹਦੀ ਪੰਜਾਬੀ ਨੀ ਉਲਟਦੀ ਇਹਨੂੰ ਪਤਾ ਇੱਕ ਉਹ ਕਿਤੇ ਇੱਥੇ ਆ ਗਿਆ ਇੱਥੇ ਗੱਲਾਂ ਕਰਦਾ ਇੱਥੇ ਦੋ ਤਿੰਨ ਪਏ ਸੀਗੇ ਇਹ ਤੇ ਰਜਾਈ ਸੀਗੀ ਇਹ ਜਦੋਂ ਉਹਨੇ ਦੇਖਿਆ ਆਇਆ ਇੱਥੇ ਜਾਦੂ ਕਰਦਾ ਫਿਰਦਾ ਹੈਗਾ ਇਹਨੇ ਰਜਾਈ ਲੈ ਲਈ ਆ ਸੁਣ ਲਓ ਇਹਦੀ ਕਹਾਣੀ ਹੈ ਉੱਥੇ ਰਜਾਈ ਹੈ ਕਹਿੰਦੇ ਵੀ ਦੇਖੋ ਗੁਰਸਿੱਖ ਦਰਸ਼ਨ ਆ ਇੱਥੇ ਮਿਲਣ ਆਇਆ ਦਰਸ਼ਨ ਆਇਆ ਕੋਈ ਗੱਲਬਾਤ ਸੁਣਾਊਗਾ ਸੁਣੋ ਫਿਰ ਇਹਨੇ ਫਿਰ ਭੇਤ ਦੱਸਿਆ ਕਹਿੰਦਾ ਜੀ ਤੁਹਾਡੇ ਤਾਂ ਸਾਧੂ ਜਾਦੂ ਹੋਇਆ ਮੈਂ ਤਾਂ ਅਜੇ ਬੱਚੇ ਪਾਲਨੇ ਹੈ ਮੈਂ ਬਿਜ਼ਨਸ ਕਰਨਾ ਮੈਂ ਅਜੇ ਪੈਸੇ ਬਟੋਰਨੇ ਹੈ ਮੈਂ ਲੱਖਾਂ ਪਤੀ ਹੋਣਾ ਅਜੇ ਮੈਂ ਪੈਸੇ ਬਟੋਰਨੇ ਹੈ ਤੇ ਮੈਂ ਤਾਂ ਜ਼ਿੰਦਗੀ ਗੁਜ਼ਾਰਨੀ ਹੈ ਦੁਨੀਆ ਦੀ ਐਸ਼ ਲੈਣੀ ਹੈ ਤੇ ਕਿਤੇ ਜਾਦੂ ਜੇ ਹੋ ਗਿਆ ਤੇ ਫਿਰ ਮੈਂ ਵੀ ਤੁਹਾਡੇ ਵਰਗਾ ਬਣ ਜੂ ਫਿਰ ਮੈਂ ਦੁਨੀਆ ਦੇ ਮੇਰੀ ਐਂਬੀਸ਼ਨ ਜਿਹੜੀ ਹੈ ਉਹ ਖਤਮ ਹੋ ਜਾਏਗੀ ਤੇ ਇਸ ਕਰਕੇ ਮੈਂ ਬਚਦਾ ਵੀ ਕਿਤੇ ਜਾਦੂ ਨਾ ਹੋ ਆ ਜਾਦੂ ਬਚਦੇ ਨਾ ਫਿਰ ਜਾਦੂ ਹੋ ਹੀ ਗਿਆ ਕਿੱਥੋਂ ਕੋਈ ਬਚੇਗਾ ਇਹਦਾ ਜਾਦੂ ਰੱਬ ਸਾਰਿਆਂ ਨੂੰ ਹੁਣ ਤਾਂ ਕਹਿੰਦਾ ਨਾ ਉਦੋਂ ਦਾ ਲੁਕਦਾ ਸੀ ਨਾ ਉਦੋਂ ਦਾ ਲੁਕਦਾ ਸੀ ਨਾ ਧੰਨ ਗੁਰੂ ਨਾਨਕ ਬਸ
ਤੁਸੀਂ ਐ ਕਰੋ, ਯੂ ਸਟੈਂਡ ਦੇਰ, ਇਹਨਾਂ ਲੇਡੀ ਸਾਨੂੰ ਕਦਰ ਕਰਨੀ ਪੈਂਦੀ, ਇੱਜ਼ਤ ਕਰਨੀ ਪੈਂਦੀ, ਚੰਗੀ ਤਰ੍ਹਾਂ ਬਹਿ ਜਾ ਉਹਦੇ ਨੂੰ, ਨੇੜੇ ਹੋ ਜਾਂਦੇ ਨੇ, ਵਾਹਿਗੁਰੂ ਸੈਸ਼ਨ ਕਰ ਲੈਣਾ ਇਹਨਾਂ ਦਾ। ਕੱਲ ਮੈਂ ਪਰਸੋਂ ਸਾਖੀ ਸੁਣਾਈ ਸੀ, ਉੱਥੇ ਡਾਕਟਰ ਕਪੂਰ ਸਿੰਘ ਹੈਗੇ ਬੜੇ ਗੁਰਮੁਖ ਸਨ ਗੇ ਬਰਮੇ ਚ, ਤੇ ਉਹਨੇ ਕਿਤੇ ਇਹ ਜਾ ਸੰਤ ਕਿਤੇ ਤੁਰਿਆ ਜਾਂਦਾ ਦੇਖ ਲਿਆ, ਤੇ ਉਹਨੂੰ ਆਪਣੇ ਸਰਵਿੰਦ ਨੂੰ ਕਹਿੰਦਾ ਉਹ ਬੁਲਾ ਕੇ ਲਿਆਓ ਜੀ, ਹਸਪਤਾਲ ਚ ਬੈਠਾ ਬੁਲਾ ਕੇ ਲਿਆਓ ਜੀ, ਉਹ ਸੰਤ ਜਾਂਦੇ ਹੈਗੇ ਉਹਨਾਂ ਕੋਲ ਵੀ ਡਾਕਟਰ ਸਾਹਿਬ ਬੁਲਾਉਂਦੇ ਆ, ਤੇ ਉਹ ਵਿਚਾਰਾ ਉਹਨੇ ਕਿਹਾ ਖਬਰ ਕੀ ਗੱਲ ਹੈ, ਡਰਦਾ ਡਰਦਾ ਆ ਗਿਆ, ਆਇਆ ਤੇ ਆਪ ਉੱਠ ਕੇ ਖੁਸ਼ੀ ਤੋਂ ਗਿਆ ਉਹਨੂੰ ਦਰਵਾਜ਼ੇ ਚ ਉਹਨੂੰ ਲੈਣ, ਤੇ ਉਹ ਮੱਥਾ ਤੱਕ ਟੇਕਿਆ, ਮੱਥਾ ਟੇਕ ਕੇ ਕਹਿੰਦੇ ਆਓ ਜੀ ਸੰਤ ਜੀ, ਅਸੀਂ ਥੋੜੇ ਦਰਸ਼ਨ ਕਰ, ਤੁਸੀਂ ਭੋਗ ਹੀ ਲੰਘ ਚੱਲੇ ਸੀ, ਅਸੀਂ ਥੋੜੇ ਦਰਸ਼ਨ ਕਰਨੇ, ਉਹਨੂੰ ਆਓ ਜੀ ਅੰਦਰ ਆਓ, ਆਪਣੀ ਖੁਸ਼ੀ ਤੇ ਬਿਠਾ ਦਿੱਤਾ। ਖੈਰ ਮੈਂ ਜਿਹੜੀ ਗੱਲ ਨੁਕਤਾ ਦੱਸਣ ਵਾਲਾ ਉਹ ਇਹ ਹੈ ਕਿ ਉਹ ਪਹਿਲਾਂ ਖੂਬ ਫੂਕ ਭਰੀ ਉਹਦੀ, ਤੁਸੀਂ ਸੰਤ ਹੋ, ਤੁਸੀਂ ਇਹ ਹੈ ਵੋ ਹੈ ਫਲਾਨਾ, ਤੇ ਕਜਰੋ ਦੇਖੇ ਹੁਣ ਇਹ ਫੁੱਲ ਫੁੱਲ ਗਿਆ, ਤੇ ਹੋ ਕੇ ਕਹਿੰਦਾ ਸੰਤ ਜੀ ਮਹਾਰਾਜ ਇਹ ਬਾਹਰ ਇਹ ਕੱਪੜੇ ਹੀ ਰੰਗੇ ਕਿ ਅੰਦਰ ਵੀ ਰੰਗਿਆ। ਕੱਪੜੇ ਰੰਗੇ ਕਿ ਅੰਦਰ ਵੀ ਰੰਗਿਆ, ਉਹ ਵਿਚਾਰਾ ਉਸੇ ਵਕਤ ਉਹਦੀ ਸਾਰੀ ਫੂਕ ਪਸੀਨੋ ਪਸੀਨੀ ਹੋ ਗਈ, ਤਾਂ ਬਈ ਅੰਦਰ ਵੀ ਰੰਗਿਆ ਕਿ ਨਹੀਂ। ਵਾਹਿਗੁਰੂ, ਜੇ ਅੰਦਰ ਰੰਗਿਆ ਵੀ ਹੋਵੇ ਤੇ ਸ਼ੋ ਦਿਖਾਉਣ ਦੀ ਕਿਆ ਲੋੜ ਹੈ, ਉਹ ਛੁਪੇ ਛਪਨ ਜੀਵਨ ਹੈ, ਗੁਰਮੁਖ ਲੇਖ ਮੇਰਾ ਇੱਕ ਗੁਰਮੁਖ ਹੋਏ ਸੋ ਲਿਪਤ ਰਹੇ, ਲੁਕ ਕੇ ਰਹੇ, ਲੁਕ ਕੇ। ਮੈਂ ਇੱਕ ਦਿਨ ਇਹ ਜੇ ਗਿਣਤੀ ਜੀ ਆ ਜਿਹੜੀ ਐਂ ਕਰਕੇ ਇੱਥੇ ਬੰਨੀ ਦੀ ਆ ਜਿਹੜੀ ਬੰਨੀ ਇੱਕ ਦਿਨ ਸਿਰਫ ਪਾਈ, ਪਤਾ ਮੈਨੂੰ ਸ਼ੌਕ ਇਹ ਸੀਗਾ ਇਹ ਮੇਰੀ ਗੱਲ ਗੁਰਬਾਣੀ ਦੀ ਕੋਈ ਸੁਣਦਾ ਤਾਂ ਹੈ ਨੀ, ਗਿਆਨੀਆਂ ਧਿਆਨ ਨੀ ਸੁਣਦੇ ਹੈ, ਮੈਂ ਨਾ ਗਿਆਨੀ ਧਿਆਨੀ ਹੈ ਨੀ ਕਰਕੇ, ਮੈਂ ਤਾਂ ਮਰਿੰਦ ਅੱਗ ਸੀ ਨਾ ਉਹ, ਮੈਂ ਮੇਰੀ ਕੋਈ ਗੱਲ ਨੀ ਹੁੰਦਾ, ਜੇ ਕੋਈ ਦੋ ਚਾਰ ਮੈਂ ਇਕੱਠੇ ਵੀ ਕਰਦਾ ਹੈ ਤੇ ਮੈਂ ਮੂੰਹ ਦੇਖਦਾ, ਮੈਂ ਆਹ ਸਾਧ ਸੰਤ ਕਿੰਨੇ ਫਿਰਦੇ ਹੈ, ਜਦੋਂ ਇਹ ਆਉਂਦੇ ਹੈ ਉੱਥੇ ਲੱਖਾਂ ਆਦਮੀ ਇਕੱਠੇ ਹੋ ਜਾਂਦੇ ਹੈ, ਤੇ ਉਹ ਦੱਸਦੇ ਦੁਸਦੇ ਕੁਛ ਨੀ ਹੈ, ਤੂੰ ਪੰਜ ਪਾਠ ਰੋਜ਼ ਤੇ ਕਰਿਆ ਕਰ, ਤੂੰ ਦਸ ਪਾਠ ਰੋਜ਼ ਕਰ, ਤੂੰ ਇਹਦਾ ਕਰੇਗਾ, ਕਹਿੰਦੇ ਜੀ ਮੇਰੇ ਪੁੱਤਰ ਨੇ ਛਾਤ ਤੇ ਬਿਮਾਰੀ ਹੈ, ਆਪ ਆਹ ਸ਼ਬਦ ਬੜਿਆ ਕਰ, ਬਸ ਇਸ ਤਰ੍ਹਾਂ ਦੇ ਗਾਹਕ ਹੈ, ਇਸ ਤਰ੍ਹਾਂ ਦਾ ਉੱਥੇ ਤਮਾਸ਼ਾ ਬਾਜ਼ਾਰ ਲੱਗਿਆ ਹੋਇਆ ਸੰਤਾਂ ਦਾ, ਬਸ ਹਾਏ ਕੁਛ ਕਰ, ਔਰ ਲੋਕਾਂ ਨੂੰ ਉਹ ਚਾਹੀਦੇ, ਯਾਦ ਰੱਖੋ 99% ਜਿਹੜੇ ਇਹਨਾਂ ਜਾਂਦੇ ਹੈ ਸਤਸੰਗ ਜੀ ਨੂੰ ਕਿਹਾ ਜਾਂਦਾ 99% ਸਭ ਕਰਦਾ ਵਾਲੇ, ਕੋਈ ਇੱਕ ਇੱਕ ਆਦ ਹੋਊਗਾ ਜਿਹੜਾ ਕਲਿਆਣ ਮੰਗਦਾ, ਨਹੀਂ ਤਾਂ ਸਭ ਗੁਰਦੇ ਵੀ ਤੁਸੀਂ ਆਪੋ ਆਪਣੀ ਦੇਖੋ, ਤੁਸੀਂ ਕਾਹਦੇ ਵਾਸਤੇ ਆਏ ਹੋ, ਕੁੜੀ ਨੂੰ ਵਰ ਚੰਗਾ ਲੱਭ ਜਾਏ, ਹਾਏ ਬਸ ਜਵਾਈ ਖਰਾਬ ਹੈ, ਪੁੱਤਰ ਖਰਾਬ ਹੈ, ਮੇਰੇ ਮੁੰਡਾ ਨੀ ਹੁੰਦਾ, ਮੇਰੇ ਕੁੜੀ ਨੀ ਹੁੰਦਾ, ਮੇਰੀ ਨੌਕਰੀ ਨੀ ਲੱਭਦੀ, ਬਸ ਗਰਜਾਂ ਵਾਸਤੇ ਇੱਥੇ ਆਉਂਦੇ ਹਾਂ, ਤੇ ਅਸੀਂ ਅਸੀਂ ਇਹ ਪ੍ਰਾਪਰਟੀ ਨੀ ਪਾਈ, ਨਾ ਅਸੀਂ ਕਿਸੇ ਨੌਕਰੀ ਦਿੰਦੇ, ਨਾ ਪੁੱਤਰ ਦਿੰਦੇ, ਨਾ ਧੀਆਂ ਦਿੰਦੇ, ਨਾ ਕਿਸੇ ਬਿਮਾਰੀ ਹਟਾਉਂਦੇ, ਬਸ ਅਸੀਂ ਕਹਿੰਦੇ ਧੰਨ ਗੁਰੂ ਨਾਨਕ ਜੀ, ਸਿੱਖਣਾ ਸਿਖਾਓ, ਨਹੀਂ ਤਾਂ ਜਾਓ ਖਸਮਾਂ ਨੂੰ ਖਾਓ। ਇੱਥੇ ਤਾਂ ਗੁਰੂ ਨਾਨਕ ਹੈ, ਜੇ ਮਾਫ ਕਰਾਉਂਦਾ ਹੈ ਤਾਂ ਵਸਾ ਲਓ, ਨਹੀਂ ਮਾਫ ਕਰਾਉਂਦਾ ਤਾਂ ਜਾਓ। ਸੋ ਲੋਕਾਂ ਨੇ ਰੱਬ ਨੂੰ ਅੱਗ ਦੇਵਤਾ, ਕੋਈ ਪਿੱਪਲ ਦੇਵਤਾ ਉਹਨੂੰ ਪੂਜਣ ਲੱਗ ਪੈਂਦੇ ਹੈ, ਤੇ ਆ ਗੰਗਾ ਦੇਵਤਾ ਬਣਾ ਲਈ, ਕਿਸੇ ਨੇ ਯਮੁਨਾ ਦੇਵਤਾ ਬਣਾ ਲਈ, ਰੱਬ ਤਾਂ ਤੇਰੇ ਪਾਸ ਹੈ, ਉਹ ਰੇਡੀਓ ਚ ਆਉਂਦਾ ਸੀ, ਰੱਬ ਤਾਂ ਤੇਰੇ ਪਾਸ ਹੈ, ਉਹਨੂੰ ਲੱਭ ਲੈ, ਘਰ ਮੈਂ ਸਭ ਕੁਛ ਬਾਹਰ ਨਾ ਹੀ ਹੈ ਤਾਂ ਸਹੀ, ਪਰ ਕੌਣ ਉਹਨੂੰ, ਬੱਤੀ ਤਾਂ ਅੰਦਰ ਹੈਗੀ, ਤੇਲ ਹੈ, ਸਭ ਕੁਛ ਹੈ, ਉਹਨੂੰ ਜਗਾਉਣ ਦੀ ਲੋੜ ਹੈ, ਕਿਤੋਂ ਕਿਤੋਂ ਸੰਗਤ ਜਾਓ ਗੁਰੂ ਨਾਨਕ, ਕਿਤੇ ਮੈਂ ਸਲਾਹ ਦੇਵੇ ਉਹਦਾ ਗੁਰਮੁਖ ਜਾਣ ਕੋਈ, ਮੈਂ ਸਲਾਹ ਦੇਵੇ ਤੇ ਉਹ ਜਾਪੂ। ਪਰ ਯਾਦ ਰੱਖਣ ਵਾਲੀ ਇਹ ਹੈ ਕਿ ਉਹ ਬਈ ਅੰਦਰ ਜਗ੍ਹਾ ਹੈ ਨੀ, ਖੋਲ ਦੋ ਖਾਂ, ਖੁੱਲਾ ਰਹਿੰਦਾ ਬੰਦ ਦੇਖ ਲੇਗਾ। ਅੱਛਾ ਸੁਣੋ ਬਈ, ਯਾਦ ਰੱਖੋ, ਮੈਂ ਹਿੱਲੀ ਜਾਂਦਾ ਤੂੰ, ਹੁਣ ਤੁਸੀਂ
ਆ ਚਿੱਟੇ ਕੱਪੜੇ ਨੂੰ ਪ੍ਰੈਸ ਕਰਦੇ ਹੋ, ਧੋਨੇ ਹੋ, ਫਿਰ ਵੀ ਸਾਬਣਾ ਧੋ ਕੇ ਤਸੱਲੀ ਨਹੀਂ ਹੁੰਦੀ, ਫਿਰ ਟੂਨਾ ਫਾਲ ਕੀ ਕਹਿੰਦੇ ਹੋ, ਟੂਨਾ ਫਾਲ ਪਾ ਕੇ ਕਹਿੰਦੇ ਸਪੋਟਲੈਸ ਵਾਈਟ ਹੋ ਗਿਆ, ਫਿਰ ਪ੍ਰੈਸ ਕਰਦੇ ਹੋ, ਭੇਜਦੇ ਹੋ, ਜਦੋਂ ਭੇਜਣ ਲੱਗਦੇ ਨਾ ਪ੍ਰੈਸ ਕਰਨ, ਮੈਂ ਦੇਖਦਾ ਸਾਡੇ ਘਰ ਵਰਤਦੀ ਇੰਨਾ ਗੱਲ, ਤੇ ਉਹਨੂੰ ਕਿਸੇ ਹੋਰ ਕੱਪੜੇ ਚ ਲਪੇਟ ਕੇ ਦਿੰਦੇ ਬੱਚੇ ਨੂੰ, ਜਾ ਵੀ ਪ੍ਰੈਸ ਕਰਾ ਲਿਆ, ਤੇ ਇਸੇ ਚ ਲਿਆ ਹੱਥ ਨਾ ਲਾਈ ਕੀ ਇਹਨੂੰ ਅਫੜਾ ਦੇ। ਉਹ ਪਿੱਛੇ ਸੁਣੋ, ਦੇਖੋ ਕਿਆ ਸੁਣੋ, ਰੱਬ ਕੌਣ ਹੈ? ਨਿਰਮਲ ਨਿਰਮਲ ਨਿਰਮਲੀਆ, ਯਾਨੀ ਇਤਨਾ ਨਿਰਮਲ ਉਹਦੇ ਵਾਸਤੇ, ਉਹਦੇ ਤਿੰਨ ਵਾਰੀ ਉਹਨੂੰ ਕਹਿਣਾ ਪਿਆ ਕਿ ਉਹ ਇਤਨਾ ਅਤ ਨਿਰਮਲੀਆ, ਤਿੰਨ ਵਾਰੀ ਕਹਿਣਾ ਪਿਆ। ਇਹੋ ਜਿਹੇ ਨਿਰਮਲ ਨੂੰ ਜਦੋਂ ਅਸੀਂ ਚਿੱਟੇ ਕੱਪੜੇ ਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ, ਬੱਚੇ ਨੂੰ ਕਹਿੰਦਾ ਹੈ ਹੱਥ ਨਾ ਲਾਈ, ਆਪ ਵੀ ਹੱਥ ਧੋ ਕੇ ਲਾਉਂਦੇ ਹਾਂ, ਤੇ ਸਾਡਾ ਕਿਵੇਂ ਜੀ ਕਰਦਾ ਹੈ ਕਿ ਹਾਏ ਹਾਏ ਸਿਰ ਦੇ ਵਿੱਚ ਗੁਰੂ ਨਾਨਕ ਕਹਿੰਦੇ ਆ, ਸਾਨੂੰ ਗੁਰੂ ਨਾਨਕ ਮਿਲ ਜਾਏ, ਸਾਨੂੰ ਦਰਸ਼ਨ ਹੋਣ, ਕਿੱਥੋਂ ਦਰਸ਼ਨ ਹੋਣ, ਅੰਦਰ ਤਾਂ ਗੰਦ ਭਰਿਆ ਪਿਆ, ਅੰਦਰ ਤਾਂ ਗੰਦ ਭਰਿਆ ਪਿਆ, ਇੱਥੇ ਆ ਕੇ ਜੀ ਮੈਨੂੰ ਨਾਮ ਦਾਨ ਬਖਸ਼ੋ ਜੀ, ਮੈਨੂੰ ਤਮਾਸ਼ਾ ਬਣਾਇਆ ਕਿ ਲੋਕ ਨੇ ਆਰਾਮ ਖਲਾਉਣਾ ਜਾਣਾ ਖੇਲਾ ਹੀ ਸਮਝੀਏ ਇੱਥੇ, ਉਹ ਨਾ ਭਾਈ ਇਸ ਤਰ੍ਹਾਂ ਨੀ, ਪਹਿਲਾਂ ਅੰਦਰ ਚਾਤੀ ਮਾਰੋ, ਕੱਲ ਹੀ ਇਸ ਗੱਲ ਤੇ ਵਿਚਾਰ ਹੋਈ ਸੀ, ਮਨ ਮਹਿਲਾ ਭਗਤ ਨਾ ਹੋਵੇ, ਉਹ ਅੰਦਰ ਤਾਂ ਮਹਿਲਾ, ਦੇਖੋ ਆਪੋ ਆਪਣੇ ਕਿਸੇ ਨੂੰ ਕੀ ਕਹਿਣਾ ਹੈਗਾ, ਪਹਿਲਾਂ ਦੇਖੋ ਤੁਹਾਡੇ ਅੰਦਰ ਕਿੰਨਾ ਕੁ ਮੈਲ ਭਰੀ ਪਈ ਹੈ, ਕਿੰਨੀ ਈਰਖਾ, ਕਿੰਨੀ ਕੁ ਦਵਾਇਕ ਹੈ, ਕਿੰਨੀ ਕੁ ਨਫ਼ਰਤ ਹੈ, ਕਿੰਨੀ ਕੁ ਐਲਰਜੀ ਹੈ, ਕਿੰਨਾ ਕੁਛ ਭਰਿਆ, ਦੁਨੀਆਦਾਰੀ ਸਾਰੀ ਭਰੀ ਪਈ ਹੈ, ਫਿਰ ਕਿੰਨੇ ਰੱਬ ਦੀ ਗੱਲਾਂ ਕਰਦੇ ਹਾਂ, ਉਹ ਕਿਆ ਕੀ ਪਖੰਡ ਜਿਹਾ ਹੋ ਰਿਹਾ ਦੁਨੀਆਂ ਤੇ, ਸਭ ਪਖੰਡ ਹੋ ਰਿਹਾ, ਇਹ ਸਾਰੇ ਪਖੰਡ ਜਿਹੜਾ ਬਹੁਤੇ ਜ਼ਿਆਦਾ ਪਖੰਡ ਜਿਹੜਾ ਕਰਦੇ ਆ ਨਾ, ਆਹ ਜਨਤਾ ਤਾਂ ਜਿਹੜੀ ਹੈ ਇਹਨਾਂ ਤੋਂ ਅਣਜਾਣ ਪੁਣੇ ਚ ਪਖੰਡ ਕਰਦੇ, ਤੇ ਅਸੀਂ ਜਿਹੜੇ ਗਿਆਨੀ ਧਿਆਨੀ ਹੈ ਅਸੀਂ ਜਾਣ ਬੁੱਝ ਕੇ ਪਖੰਡ ਕਰਦੇ ਹਾਂ, ਤੇ ਕਸੂਰਵਾਰ ਉਹ ਗਿਆਨੀ ਅਸੀਂ ਜ਼ਿਆਦਾ ਕਸੂਰਵਾਰ, ਜੇ ਜਾਣ ਬੁੱਝਦੇ ਹਾਂ ਨਾ ਪ੍ਰਚਾਰ ਕਰਦੇ ਹਾਂ ਨਿਰਮਲਤਾ ਦਾ, ਤੇ ਨਾ ਆਪ ਗੰਦੇ ਹੋਏ ਬੈਠੇ, ਨਫ਼ਰਤ ਹੈ ਨਾ, ਨਫ਼ਰਤ ਜਿੱਥੇ ਨਫ਼ਰਤ ਆ ਗਈ, ਜਿੱਥੇ ਡਾਊਟ ਆ ਗਿਆ, ਜਿੱਥੇ ਕੁਲਚਨਾ ਆ ਗਈ, ਜਿੱਥੇ ਮੰਗ ਹੈ, ਜਿੱਥੇ ਤ੍ਰਿਸ਼ਨਾ ਹੈ ਕਿਸੇ ਕਿਸਮ ਦੀ ਵੀ, ਤੇ ਜਿੱਥੇ ਮੈਂ ਮੇਰੀ ਜਿੰਨਾ ਚਿਰ ਹੈ ਉਨਾ ਚਿਰ ਮੈਲ ਹੀ ਹੈ, ਸਭ ਮੈਲਾ ਹਰ ਬਿਨ, ਸਭ ਕੁਛ ਮੈਲਾ ਹੈ ਸੰਤੋ, ਸਭ ਕੁਛ ਮੈਲਾ ਹੈ, ਤੇਰਾ ਸਰੀਰ ਵੀ ਮੈਲਾ ਹੈ, ਤੇਰਾ ਮਨ ਵੀ ਮੈਲਾ, ਤੇਰੀਆਂ ਅੱਖਾਂ ਵੀ ਮੈਲੀਆਂ, ਸਭ ਕੁਛ ਮੈਲਾ ਹੈ, ਸਭ ਹਰ ਬਿਨ ਸਭ ਕੁਛ ਮੈਲਾ ਹੈ ਸੰਤੋ, ਕਿਆ ਹਾਂ ਪੂਛ ਰਹੀ ਮੈਂ ਕੀਨੂੰ, ਉਹ ਉੱਥੇ ਬਾਣੀ ਸਭ ਕੁਛ ਲਿਖਿਆ, ਅਜੇ ਕੀ ਚੇ ਜਿਹੜਾ ਚੜਾਵਾਂਗੇ ਉਹ ਵੀ ਮੈਲਾ, ਤੋ ਸਾਨੂੰ ਤਰਸ ਨਹੀਂ ਆਉਂਦਾ ਵੀ ਇਹੀ ਨਿਰ ਹੁਣ ਕੱਪੜਿਆਂ ਤੇ ਤਰਸ ਕਰਦੇ ਵੀ ਹੈ ਦੇਖੀ ਹੱਥ ਨਾ ਲਾਈ, ਹੱਥ ਲੱਗ ਗਏ ਤੋਂ ਕੱਪੜਾ ਮੈਲਾ ਹੋ ਜਾਂਦਾ ਹੈ, ਇਹ ਰੱਖਦੇ ਨੀ ਇਹ ਤਾਂ ਕੋੜਦੇ ਆ, ਸੋ ਕੋੜਦੇ ਵਿਆਹੀ ਕੁੜੀ ਆਈ ਤੇ ਉਹਨੇ ਕਿਤੇ ਮੰਗੀ, ਮੈਂ ਇਹ ਲਿਖ ਦਿੱਤਾ ਹੈ, ਇਸ ਤਰ੍ਹਾਂ ਸਾਰਿਆਂ ਨੂੰ ਹੁੰਦੀ ਹੈ, ਤੇ ਉਹ ਹਿਲਾਉਣ ਲੱਗੀ ਕੜੀ ਅੜਸੀ ਛੋਟੀ ਸੀ ਤੇ ਉਹਦੇ ਹੱਥ ਸੜੇ, ਤੇ ਉਹਨੇ ਹੱਸਣ ਗਿਆ ਜੀ ਬੇਬੇ ਲੰਮੀ ਕੜਛੀ ਮੰਗਾ ਰਹੇ ਹੋ, ਤੇ ਉਹ ਪਤਾ ਕਿ ਸੱਸ ਨੇ ਕੀ ਜਵਾਬ, ਸੱਸ ਨੇ ਤਾਂ ਇਹੀ ਜਵਾਬ ਦੇਣਾ ਸੀ ਨਾ, ਪੇਕਿਆਂ ਤੋਂ ਲਿਆਉਂਦੀ, ਬਸ ਜੀ ਮਾਂ ਕੋਲੋਂ ਲਿਆਉਂਦੀ, ਉਹ ਕਿਹਾ ਨੀ ਹਾਂ ਦੇਖ ਸਿਰ ਮਾਰਦੀ ਹੈ ਤੂੰ ਐਵੇਂ ਕਰਦੀ ਹੈ, ਤੁਹਾਡੇ ਪਖੰਡ ਸਾਰੇ, ਬਸ ਉਹ ਮਾਂ ਕੋਲ ਲਿਆਉਂਦੀ, ਉਹਨੇ ਇੱਕ ਲਫ਼ਜ਼ ਹਾਏ ਹਾਏ ਉਹ ਇੱਕ ਲਫ਼ਜ਼ ਇੱਥੇ ਮਾਰਿਆ ਗਿਆ, ਬਸ ਸਾਰਾ ਦਿਨ ਮਾਂ ਕੋਲ ਲਿਆਉਂਦੀ, ਮਾਂ ਕੋਲ ਲਿਆਉਂਦੀ, ਤਾਨਾ ਮਾਰਿਆ, ਤਾਨਾ ਉਹ ਯਾਦ ਰਹਿ ਗਿਆ, ਉਹ ਕਾਲੀ ਪਈ, ਮੈਂ ਛੇਤੀ ਜਾ ਕੇ ਮਾਂ ਨੂੰ ਦੱਸਾਂ, ਪਿਓ ਨੂੰ ਦੱਸਾਂ, ਮੇਰੇ ਨਾਲ ਹੁੰਦੀ ਹੈ, ਉਹਨੂੰ ਮਸਾਲੇ ਲਾ ਲਾ ਕੇ ਅੱਡਾ ਸਾਰਾ ਜੀ ਮੈਨੂੰ ਇਹੀ ਨੀ, ਮੈਨੂੰ ਸਾਰਾ ਦਿਨ ਧਰਨੇ, ਮੈਂ ਨੀ ਉੱਥੇ ਜਾਣਾ ਫਲਾਣਾ, ਦੇਖੋ ਕਿਸੇ ਦੀ ਇੱਕ ਗੱਲ ਤੁਰੇ ਜਾਂਦੇ ਦੀ, ਇੱਕ ਗੱਲ ਫੜੀ ਤੇ ਉਹਨੂੰ ਬੰਨ ਲਿਆ, ਔਰ ਬੰਨਿਆ ਨੀ ਸਿਮਰਨ ਕਰਦੇ ਹੈ ਦਿਨ ਰਾਤ, ਕਿਸੇ ਨੂੰ ਨੀ ਪਤਾ ਤੁਹਾਡੇ ਅੰਦਰ ਕੀ ਸਿਮਰਨ ਹੋ ਰਿਹਾ, ਤੁਹਾਨੂੰ ਤਾਂ ਪਤਾ ਹੈ ਨਾ, ਉਹਦਾ ਸਿਮਰਨ ਘੋਟਣਾ ਹੀ ਸਿਮਰਨ ਹੈ, ਘੋਟ ਘੋਟ ਕੇ ਘੋਟ ਘੋਟ ਕੇ ਉਸਨੂੰ ਉਹ ਕੀ ਬਣ ਜਾਂਦਾ ਹੈ, ਉਹ ਤਾਂ ਰੱਬ ਬਣ ਗਿਆ,
ਉਹ ਕਿੱਥੇ ਇੱਕ ਤੇ ਆਉਣਾ, ਕਿੱਥੇ ਦੁਆਇਤ ਰੱਬ ਬਣ ਗਿਆ। ਫਿਰ ਉਹ ਤੁਹਾਡਾ ਗੁਰੂ ਨਾਨਕ ਕਿੱਥੇ ਹੈ? ਉੱਥੇ ਹਉਮੈ ਮੈਂ ਤੇ ਮੇਰੀ ਹੀ ਤੁਹਾਡਾ ਨਾਨਕ ਹੈ, ਮੈਂ ਮੇਰੀ ਹੀ ਤੁਹਾਡਾ ਰੱਬ ਹੈ। ਕੀ ਤਾਂ ਕੀ ਪਖੰਡ ਰਚਿਆ ਤੁਸੀਂ? ਜਿਹੜਾ ਤੁਸੀਂ ਸਿਮਰਨ ਕਰਦੇ ਹੋ, ਕਿਸੇ ਚੀਜ਼ ਦਾ ਸਿਮਰਨ ਕਰੋ, ਉਹ ਤੁਹਾਡਾ ਗੁਰੂ ਹੈ। ਉੱਪਰ ਪਖੰਡ ਭਾਵੇਂ ਮੱਥੇ ਕਿਸੇ ਨੂੰ ਟਿੱਕੀ ਜਾਓ, ਜਿਹੜਾ ਸਿਮਰਨ ਕਰਦੇ ਹੋ ਦਿਨ ਰਾਤ, ਉਹੀ ਤੁਹਾਡਾ ਗੁਰੂ ਹੈ, ਉਹੀ ਰੱਬ ਹੈ। ਉੱਪਰੋਂ ਭਾਵੇਂ ਕੁਛ ਕਹੀ ਜਾਓ, ਸਿੱਧੀ ਇਹ ਕਸਵੱਟੀ ਹੈ।